ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਅਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨੌਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਮੀਟਿੰਗ ਹੋਈ ਹੈ ਤਾਂ ਇੱਥੇ ਜ਼ਰੂਰ ਸਹਿਮਤੀ ਬਣੀ ਕਿ 5000 ਦੇ ਜਿਹੜੇ ਸ਼ਰਧਾਲੂ ਹੈਗੇ ਆ, 5000 ਜਿਨ੍ਹਾਂ ਦੀ ਗਿਣਤੀ ਹੋਵੇਗੀ, ਉਹ ਡੇਲੀ ਬੇਸਿਸ 'ਤੇ ਕਰਤਾਰਪੁਰ ਕੋਰੀਡੋਰ ਤੱਕ ਉਹਨਾਂ ਦੀ ਪਹੁੰਚ ਹੋਵੇਗੀ। ਪਰ ਦੋ ਨੁਕਤਿਆਂ ਨੂੰ ਲੈ ਕੇ ਜਿਹੜਾ ਅਗਰੀਮੈਂਟ ਆ ਜਾਂ ਜਿਹੜੀ ਸਹਿਮਤੀ ਹੈ ਉਹ ਨਹੀਂ ਬਣ ਸਕੀ। ਇੱਕ ਤਾਂ ਇਹ ਕਿ ਜਿਹੜਾ ਕਾਉਂਸਲਰ ਐਕਸੈਸ ਇੰਡੀਆ ਵੱਲੋਂ ਮੰਗੀ ਗਈ ਹੈ ਵੀ ਸਾਡਾ ਇੱਕ ਕਾਉਂਸਲਰ ਇਹਨਾਂ ਸ਼ਰਧਾਲੂਆਂ ਦੇ ਨਾਲ, ਸਿੱਖ ਸ਼ਰਧਾਲੂਆਂ ਦੇ ਨਾਲ ਪਾਕਿਸਤਾਨ ਜਾਵੇਗਾ, ਕਰਤਾਰਪੁਰ ਲਾਂਘੇ ਦੇ ਵਿੱਚ ਜਾਵੇਗਾ ਅਤੇ ਉਹਦੀ ਉੱਥੇ ਪ੍ਰੈਜੈਂਸ ਹੋਵੇਗੀ, ਜਿਹਦੇ 'ਤੇ ਇਹ ਨਹੀਂ ਗੱਲ ਬਣ ਸਕੀ। ਅਤੇ ਜਿਹੜੇ ਇਹ ਨੁਕਤੇ ਹੈਗੇ ਆ ਇਹ ਕਿੰਨੇ ਕੁ ਜਾਇਜ਼ ਨੇ, ਕਿੰਨੇ ਕੁ ਵਾਜਬ ਨੇ, ਇਹ ਇੱਕ ਬੜਾ ਵੱਡਾ ਸਵਾਲ ਹੈ। ਪਰ ਨਾਲ ਹੀ ਅਸੀਂ ਦੇਖਦੇ ਹਾਂ ਕਿ ਸਿੱਖ ਕਨਵੈਨਸ਼ਨ ਜਿਹੜੀ ਲਾਹੌਰ ਦੇ ਵਿੱਚ ਹੋਈ ਹੈ, ਉਹਨੇ ਇੱਕ ਬੜਾ ਪੋਜ਼ਿਟਿਵ ਮੈਸੇਜ ਦਿੱਤਾ ਹੈ ਸਿੱਖਾਂ ਅਤੇ ਪਾਕਿਸਤਾਨ ਅਤੇ ਖਾਸ ਤੌਰ 'ਤੇ ਮੁਸਲਮਾਨਾਂ ਦੇ ਵਿਚਾਲੇ ਜਿਹੜਾ ਬ੍ਰਿਜ ਬਣਦਾ ਨਜ਼ਰ ਆ ਰਿਹਾ ਇਸ ਵਕਤ ਉਸ ਹਵਾਲੇ ਦੇ ਨਾਲ। ਉੱਥੇ ਜਿਹੜੀ ਪਾਰਟੀਸਪੇਸ਼ਨ ਹੈ ਉਹ ਜਿੱਥੇ ਬਾਹਰਲੇ ਸਿੱਖਾਂ ਦੀ ਹੋਈ ਹੈ, ਉੱਥੇ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਸਰਦਾਰ ਹਰਪ੍ਰੀਤ ਸਿੰਘ ਸੰਧੂ ਵੀ ਇਸ ਸਿੱਖ ਕਨਵੈਨਸ਼ਨ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਅਤੇ ਅਦਰਵਾਈਜ਼ ਪਾਕਿਸਤਾਨ ਜਾ ਕੇ ਪਾਕਿਸਤਾਨੀ ਨੁਮਾਇੰਦਿਆਂ ਦੇ ਨਾਲ, ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੀ ਵਾਰਤਾਲਾਪ ਹੈ ਉਹ ਵੀ ਕੀਤੀ ਹੈ ਅਤੇ ਜਿਹੜੀ ਪ੍ਰੋਗਰੈਸ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਹੋ ਰਹੀ ਹੈ ਉਹਦਾ ਵੀ ਜਾਇਜ਼ਾ ਲਿਆ ਗਿਆ। ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਨੁਮਾਇੰਦੇ ਉੱਥੇ ਗਏ ਆ ਉਹਨਾਂ ਵੱਲੋਂ। ਸੋ ਅੱਜ ਅਸੀਂ ਵਿਸ਼ੇਸ਼ ਤੌਰ 'ਤੇ ਇਸ ਇਸ਼ੂ ਨੂੰ ਵਿਚਾਰ ਚਰਚਾ ਦੇ ਅਧੀਨ ਲੈ ਕੇ ਆਏ ਹਾਂ ਕਿ ਕੀ ਜਿਹੜੀ ਇਹ ਸਿਚੁਏਸ਼ਨ ਇਸ ਵਕਤ ਭਾਰਤ ਪਾਕਿਸਤਾਨ ਦੇ ਵਿਚਾਲੇ ਬਣੀ ਹੋਈ ਹੈ, ਇਹਦਾ ਕਰਤਾਰਪੁਰ ਕੋਰੀਡੋਰ 'ਤੇ ਕੀ ਇੰਪੈਕਟ ਪੈਂਦਾ ਨਜ਼ਰ ਆ ਰਿਹਾ ਹੈ, ਅਤੇ ਸਿੱਖਾਂ ਦੀ ਅਤੇ ਪਾਕਿਸਤਾਨ ਦੇ ਨਾਲ ਜਿਹੜੀ ਸਾਂਝ ਹੈਗੀ ਹੈ ਉਹ ਇਸ ਵਕਤ ਕਿੱਥੇ ਖਲੋਤੀ ਹੈ, ਅਤੇ ਪ੍ਰੋਗਰੈਸ ਜਿਹੜੀ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੈਲੀਗੇਟ ਆਪਣੇ ਭੇਜੇ ਗਏ ਆ ਉਹ ਕੀ ਕਹਿਣਾ ਚਾਹੁੰਦੇ ਆ। ਸੋ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਇਸ ਵਕਤ ਸਾਡੇ ਨਾਲ ਕੈਲੀਫੋਰਨੀਆ ਤੋਂ ਫੋਨ ਲਾਈਨ 'ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਮੈਂ ਸ਼ੁਰੂਆਤ ਤਾਂ ਕਰਨਾ ਚਾਹੂੰਗਾ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿਹੜੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਮੀਟਿੰਗ ਹੋਈ ਹੈ, ਅਖੀਰਲੀ ਮੀਟਿੰਗ ਜਿਹੜੀ ਕਿਸੇ ਸਿੱਟੇ 'ਤੇ ਨਾ ਪਹੁੰਚ ਸਕੀ, ਇਸ ਬਾਰੇ ਕੀ ਕਹਿਣਾ ਚਾਹੋਗੇ? ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਹੋਣ ਦੇ ਨਾਤੇ ਤੁਸੀਂ ਜੁੜੇ ਵੀ ਹੋਏ ਹੋ, ਰਾਬਤਾ ਵੀ ਹੁੰਦਾ, ਦੋਵੇਂ ਪਾਸੇ ਤੁਹਾਡਾ ਕਨੈਕਸ਼ਨ ਵੀ ਹੁੰਦਾ ਕਿ ਕੀ ਹੈਗਾ, ਚੱਲ ਕੀ ਰਿਹਾ ਇਸ ਵਕਤ? ਬੜਾ ਅੱਛਾ ਤੁਹਾਡਾ ਸਵਾਲ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀਆਂ ਸੰਗਤਾਂ ਜਿਹੜੀਆਂ ਇਸ ਵਕਤ ਤੁਹਾਡੇ ਅਦਾਰੇ ਦੇ ਨਾਲ ਸੁਣਨ ਵਾਸਤੇ, ਦੇਖਣ ਵਾਸਤੇ ਜੁੜੀਆਂ ਹੋਈਆਂ, ਉਹਨਾਂ ਨੂੰ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਹਾਡਾ ਸਵਾਲ ਹੈ ਕਿ ਜਿਹੜੀ ਉਸ ਦਿਨ ਦੀ ਮੀਟਿੰਗ ਹੈ ਉਹ ਬੇਸਿੱਟਾ ਰਹੀ, ਪਰ ਇਹ ਕੰਪਲੀਟਲੀ ਬੇਸਿੱਟਾ ਨਹੀਂ ਸੀ। ਇਹਦੇ ਇੱਕ ਦੋ ਇਸ਼ੂ ਨੂੰ ਲੈ ਕੇ, ਜਿਹੜਾ ਇੱਕ ਇਸ਼ੂ ਤਾਂ ਸੀ ਵੀ ਜਿਹੜੀ ਉਹ ਉਹਦੀ ਫੀਸ ਹੈ, ਜਿਹੜੀ ਦਾਖਲਾ ਫੀਸ ਕਹਿ ਲਓ ਜਾਂ ਉੱਧਰ ਨੂੰ ਲਾਂਘੇ ਵਾਸਤੇ ਫੀਸ ਹੈ, ਉਹ ਉਹਨਾਂ ਨੇ ਰੱਖੀ ਹੈ, ਉਹਦੇ 'ਤੇ ਸਹਿਮਤੀ ਨਹੀਂ ਸੀ ਬਣ ਰਹੀ ਅਤੇ ਉਹ ਅਜੇ ਵੀ ਪੈਂਡਿੰਗ ਇਸ਼ੂ ਆ। ਅਸੀਂ ਆਪਣੇ ਤੌਰ 'ਤੇ ਪਾਕਿਸਤਾਨ ਦੀ ਸਰਕਾਰ ਨੂੰ ਇਸ ਪ੍ਰਤੀ ਬੇਨਤੀ ਵੀ ਕੀਤੀ ਹੈ ਕਿ ਇਸਦਾ ਕੋਈ ਹੋਰ ਹੱਲ ਲੱਭ ਲਿਆ ਜਾਏ। ਜਿਹੜਾ ਕੌਂਸਲਰ ਜਿਹੜੀ ਐਕਸੈਸ ਹੈਗੀ ਆ, ਦੇਖੋ ਇਹ ਸਾਰੀ ਦੁਨੀਆ 'ਚ ਇਹਦਾ ਇੱਕ ਵਰਤਾਰਾ ਤਾਂ ਹੈ ਕਿ ਜਦੋਂ ਵੀ ਕਿਸੇ ਦੇਸ਼ ਦੇ ਜਿਹੜੇ ਸਿਟੀਜਨ ਆ ਉਹ ਦੂਸਰੀ ਜਗ੍ਹਾ ਜਾਂਦੇ ਆ ਜੀ, ਤੇ ਉੱਥੇ ਇਹ ਕੌਂਸਲਰ ਐਕਸੈਸ ਦਿੱਤੀ ਜਾਂਦੀ ਆ।
ਪਰ ਪਿਛਲੇ ਸਮੇਂ 'ਚ ਜਦੋਂ ਚਾਹੇ ਉਹ ਨਨਕਾਣਾ ਸਾਹਿਬ ਹੋਵੇ ਜਾਂ ਡੇਰਾ ਸਾਹਿਬ ਲਾਹੌਰ ਹੋਵੇ, ਜਦੋਂ ਉੱਥੇ ਜਿਹੜੇ ਕੌਂਸਲਰ ਐਕਸੈਸ ਇੱਦਾਂ ਹੁੰਦੀ ਆ ਤੇ ਉਹ ਸਾਰੇ ਲੋਕਾਂ ਨੂੰ ਸਾਰੇ ਲੋਕ ਉਸ ਨੂੰ ਪਸੰਦ ਨਹੀਂ ਕਰਦੇ। ਅੱਜ ਤੋਂ 25-30 ਸਾਲ ਪਹਿਲਾਂ ਉੱਥੇ ਇੱਕ ਵਾਰੀ ਇਹਨਾਂ ਨੂੰ ਲੈ ਕੇ ਝਗੜਾ ਵੀ ਹੋਇਆ। ਇਸੇ ਤਰ੍ਹਾਂ ਹੀ ਨਨਕਾਣਾ ਸਾਹਿਬ ਵਿੱਚ ਵੀ ਜਦੋਂ ਭਾਰਤੀ ਜਿਹੜੇ ਅਧਿਕਾਰੀ ਨੇ ਉੱਥੇ ਜਾਂਦੇ ਨੇ ਤੇ ਜਿਹੜੇ ਉੱਥੋਂ ਦੀ ਜਿਹੜੀ ਇੰਤਜ਼ਾਮੀਆ ਆ ਜਾਂ ਜਿਹੜੀ ਇਸਟੈਬਲਿਸ਼ਮੈਂਟ ਆ ਉਹ ਇਸ ਨੂੰ ਹੋਰ ਨਿਗਾਹ ਦੇ ਨਾਲ ਦੇਖਦੇ ਆ। ਸੋ ਇਹ ਇੱਕ ਇਹਨਾਂ ਦਾ ਆਪਸੀ ਰਾਈਟ ਵੀ ਹੈਗਾ, ਪਰ ਇਹਨੂੰ ਮੇਰਾ ਖਿਆਲ ਹੈ ਠੀਕ ਤਰੀਕੇ ਦੇ ਨਾਲ ਸੁਲਝਾ ਲਿਆ ਜਾਏਗਾ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਜਦੋਂ ਸਾਡੇ ਸਿਟੀਜ਼ਨ ਦੂਸਰੀ ਜਗ੍ਹਾ ਜਾਂਦੇ ਆ ਸਾਡਾ ਰਾਈਟ ਬਣਦਾ। ਪੰਜਾਬ ਸਾਹਿਬ ਦੇ ਵਿੱਚ ਵੀ ਪਿਛਲੇ ਦਿਨਾਂ 'ਚ ਇਹਦੇ ਮੁਤਾਬਕ ਕਾਫੀ ਵਿਵਾਦ ਖੜਾ ਹੋਇਆ ਸੀ ਔਰ ਜਿਹੜੇ ਉੱਥੋਂ ਦੀ ਲੋਕਲ ਇੰਤਜ਼ਾਮੀਆ ਜਾਂ ਜਿਹੜੀ ਸਟੈਬਲਿਸ਼ਮੈਂਟ ਸੀ ਉਹਨਾਂ ਨੇ ਕੌਂਸਲਰ ਐਕਸੈਸ ਦਿੱਤੀ ਨਹੀਂ ਸੀਗੀ ਯਾਤਰੀ ਨੂੰ ਮਿਲਣ ਵਾਸਤੇ। ਸੋ ਇਹ ਇੱਕ ਬੜਾ ਟੈਕਨੀਕਲ ਪੁਆਇੰਟ ਹੈਗਾ। ਆਈ ਥਿੰਕ ਆਉਣ ਵਾਲੇ ਦਿਨਾਂ 'ਚ ਇਹ ਦੋਨੇ ਜਿਹੜੇ ਇਸ਼ੂ ਹੈਗੇ ਆ, ਇੱਕ ਤੇ ਤਾਂ ਅਸੀਂ ਜਿਹੜਾ ਤਾਂ ਫੀਸ ਵਾਲਾ ਇਸ਼ੂ ਆ ਉਹਦੇ 'ਤੇ ਤਾਂ ਅਸੀਂ ਪਹਿਲਾਂ ਹੀ ਉੱਥੋਂ ਦੇ ਸਰਕਾਰੀ ਅਧਿਕਾਰੀਆਂ ਨੂੰ ਜਿਹੜੇ ਫੈਸਲਾ ਕਰਨ ਦੇ ਸਮਰੱਥ ਨੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਇਸ ਮੱਦ ਨੂੰ ਹਟਾਇਆ ਜਾਵੇ, ਇਸ ਦੀ ਜਗ੍ਹਾ ਕਿਸੇ ਹੋਰ ਤਰ੍ਹਾਂ ਜਿਹੜਾ ਹੈਗਾ ਜੋ ਖਰਚਾ ਜਾਂ ਜਿਸ ਤਰ੍ਹਾਂ ਵੀ ਹੈਗਾ ਉਹਦੇ 'ਤੇ ਗੱਲਬਾਤ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਹੱਲ ਕਰ ਲਿਆ ਜਾਵੇ। ਪਰ ਇਹ ਦੋਨਾਂ ਹੀ ਪੁਆਇੰਟਸ 'ਤੇ ਅਜੇ ਕੋਈ ਵੀ ਨਤੀਜੇ ਸਾਹਮਣੇ ਨਹੀਂ ਆਏ, ਪਰ ਕੁੱਲ ਮਿਲਾ ਕੇ ਜਿਹੜਾ ਲੰਘੇ ਦਾ ਕੰਮ ਹੈ ਪਾਕਿਸਤਾਨ ਵਾਲੇ ਪਾਸਿਓਂ ਉਹ ਪੂਰੀ ਰਫ਼ਤਾਰ ਦੇ ਨਾਲ ਕੰਸਟਰਕਸ਼ਨ ਦਾ ਜਾਰੀ ਆ ਔਰ ਪਾਕਿਸਤਾਨ ਦੀ ਸਰਕਾਰ ਨੇ ਫਿਰ ਇਸ ਭਰੋਸੇ ਨੂੰ ਦੁਹਰਾਇਆ ਕਿ ਅਸੀਂ ਆਪਣੇ ਵੱਲੋਂ ਜ਼ੀਰੋ ਲਾਈਨ ਤੱਕ ਸਾਰਾ ਜਿਹੜਾ ਪ੍ਰਬੰਧ ਆ ਅਕਤੂਬਰ ਦੇ ਅੱਧ ਤੱਕ ਲੱਗਦਾ ਕਿ ਉਹ ਸਾਰੀ ਜਿਹੜੀ ਹੈਗੀ ਆ ਤਿਆਰੀ ਆ ਉਹ ਮੁਕੰਮਲ ਕਰ ਲੈਣਗੇ। ਬਿਲਡਿੰਗਸ ਜਿਹੜੀਆਂ ਹੈਗੀਆਂ ਉਹਨਾਂ ਦਾ ਤਾਂ ਸ਼ਾਇਦ ਅਜੇ ਟਾਈਮ ਲੱਗੇਗਾ, ਪਰ ਜਿੱਥੋਂ ਤੱਕ ਕੋਰੀਡੋਰ ਦਾ ਜਾਣ ਆਉਣ ਦਾ ਜਿਹੜੇ ਇਹ ਰੱਖ ਰਖਾਵ ਦਾ ਜਿਤਨਾ ਵੀ ਪ੍ਰਬੰਧ ਹੈਗਾ ਜੀ ਲੱਗਦਾ ਕਿ 15 ਅਕਤੂਬਰ ਤੱਕ ਉਹ ਸਾਰਾ ਮੁਕੰਮਲ ਕਰ ਲੈਣਗੇ। ਜੀ ਡਾਕਟਰ ਸਾਹਿਬ, ਜਿਵੇਂ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵੀ ਜਾ ਕੇ ਆਏ ਆ ਪਾਕਿਸਤਾਨ ਇਸ ਵਕਤ, ਸੋ ਕੀ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਉੱਥੇ ਜਾ ਕੇ ਜੋ ਉਹਨਾਂ ਨੇ ਦੇਖਿਆ ਸਮਝਿਆ ਸੁਣਿਆ ਉਹ ਕੀ ਹੈ, ਅਤੇ ਜਿਹੜੀ ਪ੍ਰੋਗਰੈਸ ਹੈਗੀ ਆ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਨਾਲ ਜਾਂ ਓਵਰਆਲ ਜਿਹੜਾ ਸਿੱਖ ਕਨਵੈਨਸ਼ਨ ਜਿਹੜੀ ਲਾਹੌਰ ਦੇ ਵਿੱਚ ਹੋਈ ਹੈ ਉਹਦੇ 'ਚੋਂ ਕੀ ਤੁਸੀਂ ਸਮਝਦੇ ਹੋ, ਜਿਹੜਾ ਮੈਸੇਜ ਹੈ ਉਹ ਕੀ ਹੈ? ਮੈਂ ਤੁਹਾਡੇ ਅਦਾਰੇ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਸਾਡੇ ਨੁਮਾਇੰਦੇ ਭਾਈ ਹਰਪ੍ਰੀਤ ਸਿੰਘ ਸੰਧੂ ਜਿਹੜੇ ਖੁਦ ਵੀ ਗੁਰਦੁਆਰਾ ਪ੍ਰਬੰਧ ਨਾਲ ਵੀ ਜੁੜੇ ਹੋਏ ਆ ਔਰ ਅਮਰੀਕਨ ਸਿੱਖ ਕੌਕਸ ਕਮੇਟੀ ਜਿਹੜੀ ਕਿ ਕਾਂਗਰਸ ਦੇ ਵਿੱਚ ਜਿਹੜਾ ਲਾਇਜ਼ਨ ਹੈਗਾ ਸਾਡਾ ਕਮਿਊਨਿਟੀ ਦਾ ਉਹਦੇ 'ਚ ਵੀ ਉਹਦੇ ਐਗਜ਼ੈਕਟਿਵ ਡਾਇਰੈਕਟਰ ਨੇ ਅਤੇ ਉਹ 4 ਦਿਨ ਵਾਸਤੇ ਸਪੈਸ਼ਲੀ ਇੱਥੋਂ ਗਏ ਸੀ। ਇਹਦਾ ਪ੍ਰਬੰਧ ਜਿਹੜਾ ਹੈਗਾ ਕਾਨਫਰੰਸ ਦਾ ਇਹ 3-4 ਮਹੀਨੇ ਪਹਿਲਾਂ ਤੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ ਤੇ ਅਸੀਂ ਇਹ ਜਿਹੜਾ ਇਹਦੇ ਵਿੱਚ ਸ਼ਾਮਲ ਸੀਗੇ ਇਸ ਕੰਮ ਦੇ ਵਿੱਚ। ਜਦੋਂ ਗਵਰਨਰ ਸਾਹਿਬ ਅਪ੍ਰੈਲ ਦੇ ਵਿੱਚ ਇੱਥੇ ਆਏ ਸੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਇਸਦਾ ਟਾਈਮ ਟੂ ਟਾਈਮ ਜਿਹੜੀਆਂ ਸੰਗਤਾਂ ਆ ਉਹਨਾਂ ਨੂੰ ਅਸੀਂ ਆਗਾਹ ਕਰਾਉਂਦੇ ਰਹਾਂਗੇ ਕਿ ਹੁਣ ਕਿਸ ਲੈਵਲ ਤੱਕ ਜਿਹੜੀ ਗੱਲ ਪਹੁੰਚੀ ਆ। ਉਸ ਜਿਹੜਾ ਕਾਨਫਰੰਸ ਕਹਿ ਲਓ ਜਾਂ ਮੀਟਿੰਗ ਕਹਿ ਲਓ ਇਹਦੇ 2 ਪੁਆਇੰਟ ਉਹਨਾਂ ਨੇ ਸਾਹਮਣੇ ਰੱਖੇ ਹੋਏ ਸੀ।
ਇੱਕ ਤਾਂ ਜਿੰਨੀ ਹੁਣ ਤੱਕ ਉੱਥੇ ਉਹ ਸਾਰੀ ਕਰ ਚੁੱਕੇ ਆ ਜਾਂ ਜੋ ਨਨਕਾਣਾ ਸਾਹਿਬ ਵਿੱਚ ਜੋ ਕੁਛ ਵੀ ਉਹਨਾਂ ਨੇ ਹੁਣ ਤੱਕ ਡਿਵੈਲਪ ਕੀਤਾ, ਜੀ ਇੱਕ ਤਾਂ ਉਹਦੇ ਪ੍ਰਤੀ ਉਹਨਾਂ ਨੂੰ ਦਿਖਾਉਣਾ, ਤੇ ਦੂਸਰਾ ਕੋਈ ਸੁਝਾਅ ਲੈਣੇ ਜਾਂ ਕਿਤੇ ਵੀ ਕਿਸੇ ਨੂੰ ਕੋਈ ਕੋਈ ਸਵਾਲ ਜਵਾਬ ਹੋਵੇ ਤਾਂ ਉਹਨਾਂ ਬਾਰੇ ਕਰਨਾ। ਸੋ ਇਹ ਜਿਹੜੀ ਕਾਨਫਰੰਸ ਸੀਗੀ 31 ਅਗਸਤ ਨੂੰ ਸ਼ੁਰੂ ਹੋ ਕੇ 2 ਤਰੀਕ ਨੂੰ ਖਤਮ ਹੋਈ, ਜਿਹਦੇ ਵਿੱਚ ਪ੍ਰੋਗਰਾਮ ਇਸ ਤਰ੍ਹਾਂ ਸੀ ਕਿ 31 ਤਰੀਕ ਨੂੰ ਉਹਨਾਂ ਨੇ ਬਰੀਫਿੰਗ ਕੀਤੀ, ਜਿਹਦੇ ਵਿੱਚ ਮਹਿਕਮਾ ਵਾਕਫ ਬੋਰਡ, PGPC ਤੇ ਗਵਰਨਰ ਸਾਹਿਬ ਜਿਹੜੇ ਕਿ ਖੁਦ ਜਿਹੜਾ 550 ਸਾਲਾਂ ਜਿਹੜੀਆਂ ਤਕਰੀਬਾਤ ਹੈਗੀਆਂ ਇਹਦੇ ਰਿਲੀਜੀਅਸ ਜਿਹੜੇ ਕਮੇਟੀ ਦੇ ਚੇਅਰਮੈਨ ਨੇ, ਔਰ ਉਹਨਾਂ ਦੀ ਦੇਖ ਰੇਖ ਵਿੱਚ ਹੀ ਸਾਰਾ ਕੁਛ ਹੋ ਰਿਹਾ ਸੀ, ਔਰ ਉਹਨਾਂ ਨੇ ਆਪ ਉਹਨੂੰ ਸੁਪਰਵਾਈਜ਼ ਕੀਤਾ ਔਰ ਬਾਅਦ ਦੇ ਵਿੱਚ ਆਪ ਹੀ ਉਹਨਾਂ ਨੇ ਬਰੀਫ ਕੀਤਾ। ਅਗਲੇ ਦਿਨ ਫਿਰ ਸੰਗਤ ਨੂੰ ਉਹ ਨਨਕਾਣਾ ਸਾਹਿਬ ਜਿੰਨੇ ਵੀ ਡੈਲੀਗੇਟਸ ਬਾਹਰੋਂ ਗਏ ਹੋਏ ਸੀਗੇ ਉਹਨਾਂ ਨੂੰ ਨਨਕਾਣਾ ਸਾਹਿਬ ਲੈ ਕੇ ਗਏ, ਸੱਚਾ ਸੌਦਾ ਜਿਹੜਾ ਕਿ ਨਾਲ ਹੀ ਉੱਥੋਂ ਨਨਕਾਣਾ ਸਾਹਿਬ ਤੋਂ ਕੋਈ 15-20 ਕਿਲੋਮੀਟਰ ਦੀ ਰਸਤੇ ਇੱਕ ਸਾਈਡ ਨੂੰ ਉੱਥੇ ਦਰਸ਼ਨਾਂ ਵਾਸਤੇ ਗਏ, ਔਰ ਜਿੰਨੀ ਵੀ ਡਿਵੈਲਪਮੈਂਟ ਉੱਥੇ 550 ਸਾਲਾਂ ਦੇ ਹਿਸਾਬ ਦੇ ਨਾਲ ਹੋਈ ਆ, ਜਾਂ ਜਿਸ ਤਰ੍ਹਾਂ ਉਹਨਾਂ ਨੇ ਨਵੰਬਰ ਦੇ ਵਿੱਚ ਪਾਤਸ਼ਾਹ ਦੀ ਜਿਹੜੀ ਆਗਮਨਪੁਰ ਦੇ ਉੱਪਰ ਕਿਸ ਤਰ੍ਹਾਂ ਪ੍ਰਬੰਧ ਕਰਨੇ ਆ, ਟੈਂਟ ਸਿਟੀ ਦਾ ਆ, ਖਾਣੇ ਦਾ ਆ, ਸੜਕਾਂ ਦਾ ਆ, ਉਹ ਸਾਰਾ ਹੀ ਉਹਨਾਂ ਨੇ ਉਹਨਾਂ ਨੂੰ ਦਿਖਾਇਆ। ਔਰ 2 ਤਰੀਕ ਨੂੰ ਫਿਰ ਪ੍ਰਾਈਮ ਮਿਨਿਸਟਰ ਸਾਹਿਬ ਖੁਦ ਆਏ ਇਸ ਕਾਨਫਰੰਸ, ਔਰ ਉਹਨਾਂ ਨੇ ਫਿਰ ਤੋਂ ਜਿਹੜਾ ਆਪਣਾ ਜਿਹਦੇ ਵਿੱਚ ਸਿੱਖਾਂ ਵੱਲੋਂ 4-5 ਬੁਲਾਰੇ ਬੋਲੇ, ਕੁਛ ਲੋਕ ਇੰਗਲੈਂਡ ਤੋਂ ਗਏ, ਸੋਰੀ ਟੋਰਾਂਟੋ ਤੋਂ ਗਏ ਹੋਏ ਸੀਗੇ, ਤੇ ਸਭ ਤੋਂ ਪਹਿਲਾਂ ਜਿਹੜੀ ਇਹਦੀ ਸ਼ੁਰੂਆਤ ਸੀ ਉਹਨਾਂ ਨੇ ਭਾਈ ਹਰਪ੍ਰੀਤ ਸਿੰਘ ਸੰਧੂ ਤੋਂ ਕੀਤੀ, ਜਿਹਨਾਂ ਨੇ ਆਪਣੇ ਪੁਆਇੰਟਸ ਉਠਾਏ ਔਰ ਧੰਨਵਾਦ ਵੀ ਕੀਤਾ ਪਾਕਿਸਤਾਨੀ ਸਰਕਾਰ ਦਾ ਕਿ ਤੁਸੀਂ ਜੋ ਕੁਛ ਕਰ ਰਹੇ ਹੋ ਇਹ ਬੜਾ ਹੀ ਲਾਮਿਸਾਲ ਕੰਮ ਹੈ। ਸੋ ਉਹਦੇ ਬਾਅਦ ਚ ਪ੍ਰਾਈਮ ਮਿਨਿਸਟਰ ਸਾਹਿਬ ਜਦੋਂ ਉਹਨਾਂ ਨੇ ਸੰਬੋਧਨ ਕੀਤਾ ਸਾਰੇ ਡੈਲੀਗੇਟਸ ਨੂੰ, ਉਹਨਾਂ ਨੇ ਫਿਰ ਉਹੀ ਜਿਹੜਾ ਆਪਣਾ ਜਿਹੜਾ ਪ੍ਰੋਮਿਸ ਸੀਗਾ ਉਹਨੂੰ ਦੁਹਰਾਇਆ ਕਿ ਅਸੀਂ ਇਸ ਨੂੰ ਹਰ ਹੀਲੇ ਪੂਰਾ ਕਰਾਂਗੇ, ਚਾਹੇ ਪਾਕਿਸਤਾਨ ਹਿੰਦੁਸਤਾਨ ਦੇ ਹਾਲਾਤ ਕਿਸ ਤਰ੍ਹਾਂ ਦੇ ਵੀ ਹੋਣ, ਅਸੀਂ ਜਿਹੜਾ ਇਹ ਕੋਰੀਡੋਰ ਦਾ ਰਸਤਾ ਜਿਹੜਾ ਇੱਕ ਦੋਨਾਂ ਮੁਲਕਾਂ ਦੇ ਦੋਨਾਂ ਕਮਿਊਨਿਟੀ ਦੇ ਵਿੱਚ ਵਿਚਕਾਰ ਇੱਕ ਬੜਾ ਮਜ਼ਬੂਤੀ ਦਾ ਇੱਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਇੱਕ ਪੁਲ ਦਾ ਕੰਮ ਕਰੇਗਾ, ਅਸੀਂ ਉਹਦੇ ਉੱਤੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਕਰ ਰਹੇ ਹਾਂ ਔਰ ਇਹਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੈਗੀ। ਜਿੱਥੋਂ ਤੱਕ ਵੀਜ਼ਿਆਂ ਦਾ ਤਲਕ ਹੈ, ਵੀਜ਼ਾ ਦੇਖੋ ਇਹ ਸਾਊਥ ਏਸ਼ੀਅਨ ਕਲਚਰ ਦੇ ਵਿੱਚ ਹੀ ਆ, ਤੁਸੀਂ ਇੱਥੇ ਸਾਊਥ ਏਸ਼ੀਅਨ ਕਿਸੇ ਮੁਲਕ ਦੀ ਅੰਬੈਸੀ ਚਲ ਜਾਓ ਤੁਹਾਨੂੰ ਉੱਥੇ ਜਾ ਕੇ ਪਤਾ ਲੱਗਦਾ ਵੀ ਤੁਸੀਂ ਕਿਸੇ ਹੋਰ ਹੀ ਜਗ੍ਹਾ ਆ ਰਹੇ। ਸੋ ਉਹਨਾਂ ਦਾ ਵੀ ਮੈਂ ਸਮਝਦਾ ਜਿੱਥੇ ਤਾਂ ਗਾਈਡਲਾਈਨ ਹੈਗੀਆਂ, ਜਿੱਥੇ ਅਫਸਰ ਚੰਗੇ ਜਦੋਂ ਚੇਂਜ ਹੁੰਦੀ ਆ ਸਿਚੁਏਸ਼ਨ, ਜਦੋਂ ਰੂਲ ਚੇਂਜ ਹੁੰਦੇ ਆ ਉਹਦੀ ਅਡੋਪਸ਼ਨ ਇਕਦਮ ਨਹੀਂ ਹੁੰਦੀ ਹੈਗੀ। ਸੋ ਇਹੀ ਗੱਲ ਪ੍ਰਾਈਮ ਮਿਨਿਸਟਰ ਸਾਹਿਬ ਨੇ ਦੁਹਰਾਈ ਸੀ ਤੇ ਮੈਂ ਸਮਝਦਾ ਕਿ ਇਹ ਜਿਹੜਾ ਵੀਜ਼ੇ ਦਾ ਰਜੀਮ ਹੈ ਇਹਨੂੰ ਚੇਂਜ ਹੋਣ ਨੂੰ ਟਾਈਮ ਲੱਗੂਗਾ, ਹਾਲਾਂਕਿ ਉਹਨਾਂ ਨੇ ਵੀਜ਼ਾ ਔਨ ਅਰਾਈਵਲ ਦੀ ਵੀ ਗੱਲ ਕੀਤੀ ਆ, ਮਲਟੀਪਲ ਵੀਜ਼ੇ ਦੀ ਵੀ ਗੱਲ ਕੀਤੀ ਆ, ਜਾਂ ਵੀਜ਼ੇ ਨੂੰ ਹੋਰ ਸਿਖਾ ਬਣਾਉਣ ਵਾਸਤੇ ਔਨਲਾਈਨ ਵੀਜ਼ੇ ਦੀ ਵੀ ਗੱਲ ਕੀਤੀ ਆ। ਇਹ ਸ਼ੁਰੂ ਤਾਂ ਹਨੀਆਂ ਚੀਜ਼ਾਂ ਪਰ ਇਹਨਾਂ ਨੂੰ ਪੂਰੀ ਤਰ੍ਹਾਂ ਸ਼ੁਰੂ ਹੋਣ ਵਿੱਚ ਅਜੇ ਲੱਗਦਾ ਥੋੜਾ ਸਮਾਂ ਲੱਗੇਗਾ, ਕਿਉਂਕਿ ਇਹਨੇ ਸੁਭਾਅ ਆ ਤਾਂ ਜਿਹੜੀ ਬਿਊਰੋਕਰੇਸੀ ਆ ਉਹਦੇ ਸੁਭਾਅ ਇਕਦਮ ਚੇਂਜ ਨਹੀਂ ਹੁੰਦੇ ਹੈਗੇ। ਫਿਰ ਇਹਦੇ ਵਿੱਚ ਵੀ 2 ਮੱਦਾ ਅੱਗੇ ਹੋ ਰਿਹਾ, ਇੱਕ ਤਾਂ ਹੈ ਜਿਹੜੇ
ਸਿੱਖਾਂ ਨੇ ਇੰਡੀਅਨ ਸਾਈਡ ਤੋਂ ਟਰੈਵਲ ਕਰਨਾ ਜੀ, ਉਹਨਾਂ ਲਈ ਜ਼ਰੂਰ ਜਿਹੜੀ ਸਕਿਉਰਟੀ ਆ, ਉਹਨਾਂ ਨੇ ਆਪਣੀ ਸਕਿਉਰਟੀ ਪੱਖ ਤੋਂ ਕਹਿ ਲਓ ਜਾਂ ਹੋਰ ਕਈ ਏਦਾਂ ਦੇ ਇਸ਼ੂਜ਼ ਹੁੰਦੇ ਆ ਜਿਹਨਾਂ ਨੂੰ ਲੈ ਕੇ ਜਿਹੜੀ ਉਹਦੀ ਸਕਿਉਰਟੀ ਆ ਉਹ ਥੋੜ੍ਹੀ ਹਾਰਡ ਹੈ, ਪਰ ਬਾਹਰਲੇ ਮੁਲਕਾਂ ਤੋਂ ਜਿਹੜੇ ਯੂ ਐਸ ਸਿਟੀਜ਼ਨ ਨੇ, ਕੈਨੇਡੀਅਨ ਨੇ, ਬ੍ਰਿਟਿਸ਼ ਦੇ ਨੇ, ਉਹਨਾਂ ਵਾਸਤੇ ਥੋੜ੍ਹੀ ਆਸਾਨੀ ਆ। ਅਤੇ ਆਗਮਨਪੁਰ ਦਾ ਪੁਰਬ ਦਾ ਜਿਹੜਾ ਸਮਾਗਮ ਹੈ, ਇਸ ਤਰ੍ਹਾਂ ਲੱਗਦਾ ਕਿ ਬਹੁਤ ਵੱਡਾ ਇੱਕ ਸਮਾਗਮ ਹੋਏਗਾ ਅਤੇ ਅਸੀਂ ਅਰਦਾਸ ਕਰਦੇ ਹਾਂ ਔਰ ਆਸ ਵੀ ਕਰਦੇ ਹਾਂ ਕਿ ਉਹ ਦਿਨ ਖੁਸ਼ੀ ਖੁਸ਼ੀ ਆਵੇ ਔਰ ਖੁਸ਼ੀਆਂ ਮੰਗਦਾ ਜਿਹੜਾ ਹੈਗਾ ਸਾਰੀਆਂ ਸੰਗਤਾਂ ਫਿਰ ਵਾਪਸ ਆਪਣੇ ਖੁਸ਼ੀ ਲੈ ਕੇ ਘਰਾਂ ਨੂੰ ਆਉਣ। ਸੋ ਹੁਣ ਤੱਕ ਦਾ ਜਿਹੜਾ ਜਿੰਨੇ ਵੀ ਪ੍ਰੋਗਰਾਮ ਨੇ, ਜੋ ਕੁਛ ਵੀ ਉਹਨਾਂ ਨੇ ਕਿਹਾ, ਜੋ ਕੁਛ ਸਾਨੂੰ ਗਵਰਨਰ ਸਾਹਿਬ ਇੱਥੇ ਕਹਿ ਗਏ ਸੀ ਔਰ ਪਿਛਲੇ ਦਿਨਾਂ ਵਿੱਚ ਵੀ ਇਸ ਪ੍ਰੋਗਰਾਮ ਨੂੰ ਲੈ ਕੇ ਵੀ ਵੀਜ਼ੇ ਦਵਾਉਣ ਦੇ ਸੰਬੰਧ ਵਿੱਚ, ਉੱਥੇ ਰੱਖ ਰਖਾਵ ਦੇ ਸੰਬੰਧ ਵਿੱਚ, ਸਿਕਿਉਰਿਟੀ ਦੇ ਸੰਬੰਧ ਵਿੱਚ, ਉਹਨਾਂ ਨੇ ਕੋਈ ਇਹਨੂੰ ਕਾਮਯਾਬੀ ਵਾਸਤੇ ਕਸਰ ਨਹੀਂ ਛੱਡੀ। ਕਦੇ ਵੀ ਜਿਹੜਾ ਕੋਈ ਕੰਮ ਸ਼ੁਰੂ ਹੁੰਦਾ ਜਾਂ ਜਿਹੜਾ ਅਸੀਂ ਕਰਦੇ ਹਾਂ, ਜਿਹੜਾ ਕੋਈ ਰੀਕਿਆ ਹੁੰਦਾ, ਉਹ 100% ਕਦੇ ਵੀ ਨਹੀਂ ਹੁੰਦਾ, ਉਹਦੇ ਵਿੱਚ ਉਲਟਾਈਆਂ ਜ਼ਰੂਰ ਰਹਿ ਜਾਂਦੀਆਂ। ਸੋ ਮੈਂ ਸਮਝਦਾ ਵੀ ਜੇ ਕੋਈ ਕਿਤੇ ਇਹਦੇ ਵਿੱਚ ਉਲਟਾਈ ਰਹੀ ਵੀ ਆ ਅਤੇ ਉਹਨੂੰ ਦੁਬਾਰਾ ਫਿਰ ਪੂਰਾ ਕਰਨਗੇ, ਪਰ ਜਿੱਥੋਂ ਤੱਕ ਉਹਨਾਂ ਦੇ ਕੰਮ ਕਰਨ ਦੀ ਜਿਹਨੂੰ ਆਪਾਂ ਵਿਸ਼ਵਾਸ ਕਹਿ ਲਈਏ ਜਾਂ ਜਿਹੜੀ ਉਹਨਾਂ ਦੀ ਕੰਮ ਕਰਨ ਦੀ ਤਾਕਤ ਕਹਿ ਲਈਏ ਜਾਂ ਨੀਤ ਕਹਿ ਲਈਏ, ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ। ਉਹ ਬਿਲਕੁਲ ਸਿੱਖਾਂ ਦੇ ਭਾਵਨਾਵਾਂ ਨੂੰ ਸਮਝਦੇ ਹੋਏ ਉਸ ਹਿਸਾਬ ਦੇ ਨਾਲ ਹੀ ਉਹ ਜਿਹੜੇ ਪ੍ਰੋਗਰਾਮ ਨੂੰ ਲਾਗੂ ਕਰ ਰਹੇ ਨੇ ਔਰ ਆਸ ਹੈ ਕਿ ਹੀਰ ਤੱਕ ਉਹਦੇ ਵਿੱਚ ਕੋਈ ਜਿਹੜੀ ਕਮੀ ਆ ਉਹ ਨਹੀਂ ਰਹਿਣ ਦੇਣਗੇ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋ ਰਹੀ ਹੈਗੇ ਆ, ਉਹਨਾਂ ਨੇ ਵੀ ਜਿਹੜਾ ਆ ਐਡਰੈਸ ਵੀ ਕੀਤਾ ਅਤੇ ਸਵਾਗਤ ਕੀਤਾ ਹੈ, ਸਿੱਖਾਂ ਨੂੰ ਸੱਦਾ ਪੱਤਰ ਵੀ ਦਿੱਤਾ ਹੈ। ਇਹ ਸਾਰੇ ਜਿਹੜਾ ਕਰਤਾਰਪੁਰ ਲੰਘ ਆਇਆ ਜਾਂ ਜਿਹੜੀਆਂ ਸੈਲੀਬ੍ਰੇਸ਼ਨ ਹੋ ਰਹੀਆਂ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਉਹਦੇ ਵਿੱਚ ਸ਼ਮੂਲੀਅਤ ਕਰਨ ਦਾ, ਪਰ ਇਸ ਖਾਸ ਤੌਰ 'ਤੇ ਸਿੱਖ ਕਨਵੈਨਸ਼ਨ ਦੀ ਜੇ ਗੱਲ ਕਰਨੀ ਹੋਵੇ, ਇੰਡੀਅਨ ਸਾਈਡ ਤੋਂ ਜਿਹੜਾ ਰਿਐਕਸ਼ਨ ਦੇਖਣ ਨੂੰ ਮਿਲਿਆ ਇੰਡੀਅਨ ਮੀਡੀਆ ਦੇ ਵਿੱਚ, ਉਹਨਾਂ ਵੱਲੋਂ ਡਾਇਰੈਕਟਲੀ ਇਸ ਨੂੰ ਸਿੱਖਾਂ ਦੀ ਅਤੇ ਜਿਹੜੀ ਮੁਸਲਮਾਨਾਂ ਦੀ ਜਾਂ ਪਾਕਿਸਤਾਨ ਦੀ ਜਿਹੜੀ ਸਾਂਝ ਹੈ ਇਹਨੂੰ ਨਾਪਾਕ ਕਹਿ ਕੇ ਸੰਬੋਧਨ ਕੀਤਾ ਗਿਆ ਸਿੱਧੇ ਜੇ ਤੌਰ 'ਤੇ ਜੇ ਕਹਿਣਾ ਹੋਵੇ, ਅਤੇ ਨਾਲ ਹੀ ਇਹ ਵੀ ਗੱਲ ਕੀਤੀ ਗਈ ਹੈ ਵੀ ਪਾਕਿਸਤਾਨ ਇਸ ਦੇ ਨਾਲ ਟੈਰਰਿਜ਼ਮ ਨੂੰ ਪ੍ਰਮੋਟ ਕਰ ਰਿਹਾ ਹੈ, ਅਤੇ ਖਾਸ ਤੌਰ 'ਤੇ ਜਦੋਂ ਕਸ਼ਮੀਰ ਦਾ ਇਸ਼ੂ ਰੇਜ਼ ਕੀਤਾ ਗਿਆ, ਕਸ਼ਮੀਰ ਦੇ ਇਸ਼ੂ ਦੇ ਉੱਤੇ ਉਹ ਡਾਇਰੈਕਟ ਇੰਟਰਫੀਰੈਂਸ ਦੇ ਨਾਂ ਥੱਲੇ ਹੋਵੇ ਜਾਂ ਇਹ ਗੱਲ ਹੋਵੇ ਵੀ ਸਿੱਖਾਂ ਨੂੰ ਵਰਤਿਆ ਜਾ ਰਿਹਾ ਜਾਂ ਸਿੱਖਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਮੀਡੀਆ ਦੇ ਵਿੱਚ ਸਾਹਮਣੇ ਆਈਆਂ ਨੇ, ਇਹਨਾਂ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ? ਇਹ ਦੇਖੋ ਬਿਲਕੁਲ ਬੇਬੁਨਿਆਦ ਔਰ ਬਿਲਕੁਲ ਇਹ ਝੂਠੀ ਗੱਲ ਹੈ। ਮਤਲਬ ਜਿਹੜੀ ਕਾਨਫਰੰਸ ਹੋਈ ਆ ਕੋਈ ਇਨਡੋਰ ਜਾਂ ਅੰਡਰ ਕੈਮਰਾ ਕਾਨਫਰੰਸ ਨਹੀਂ ਹੋਈ, ਉਹ ਸਾਰੀ ਦੀ ਸਾਰੀ ਬੜੇ ਖੁੱਲ੍ਹੇ ਆਮ ਖੁੱਲ੍ਹੇ ਦਰਬਾਰ ਦੇ ਵਿੱਚ, ਜਿਹਦੇ ਵਿੱਚ ਮੀਡੀਆ ਵੀ ਜਿਹੜਾ ਜਾਂ ਲੋਕ ਜਿਹੜੇ ਸੀਗੇ ਉਹਨਾਂ ਨੇ ਆ ਕੇ ਦੱਸਿਆ ਉੱਥੇ ਜੋ ਕੁਛ ਹੋਇਆ। ਹਾਂ, ਜੇ ਅਸੀਂ ਇਹ ਕਹੀਏ ਵੀ ਕੋਈ ਇਸ਼ੂ ਉਠਾਏ ਗਏ ਨਹੀਂ, ਇੱਦਾਂ ਕਦੇ ਨਹੀਂ ਹੁੰਦਾ। ਜਦੋਂ ਕਿਤੇ ਧੂੰਆਂ ਉੱਠਦਾ, ਕਦੇ ਅੱਗ ਲੱਗੀ ਹੁੰਦੀ ਆ, ਉਹਦੇ ਬਾਰੇ ਜ਼ਰੂਰ ਕਿਹਾ ਜਾਂਦਾ ਵੀ ਇੱਥੇ ਆਹ ਪ੍ਰੋਬਲਮ ਹੈਗੀ। ਸੋ ਸਿੱਖਾਂ ਨੂੰ ਕਿਸੇ ਨੇ ਨਾ ਵਰਗ ਲਾਇਆ, ਨਾ ਹੀ ਉਕਸਾਇਆ, ਨਾ ਹੀ ਉਹਨਾਂ ਤੋਂ ਕਿਸੇ ਨੇ ਆਸ ਰੱਖੀ ਕਿ ਤੁਸੀਂ ਕਸ਼ਮੀਰ ਦੇ ਉੱਪਰ ਕੋਈ ਗੱਲ ਕਰੋ। ਇਹ ਸਾਰਾ ਬੇਬੁਨਿਆਦ ਮੈਂ ਸਮਝਦਾ ਮੀਡੀਆ ਵੱਲੋਂ
ਇੱਕ ਹਾਈਪ ਕ੍ਰੀਏਟ ਕੀਤਾ ਗਿਆ ਸੀ ਕਿ ਲੋਕਾਂ ਨੂੰ ਇਸ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਣ ਤੋਂ ਰੋਕਿਆ ਜਾਵੇ, ਜਿਹੜਾ ਕਿ ਉਹਨਾਂ ਦਾ ਜਿਹੜਾ ਇਸ਼ੂ ਸੀਗਾ ਬੁਰੀ ਤਰ੍ਹਾਂ ਫੇਲ ਹੋਇਆ। ਉੱਥੇ ਕੋਈ ਐਸੀ ਗੱਲ ਨਹੀਂ ਹੋਈ। ਹਾਂ, ਮਤਲਬ ਇੱਕ ਇੱਕ ਲੀਡਰ ਦਾ ਜਿਹੜਾ ਇੱਕ ਮੁਲਕ ਨੂੰ ਚਲਾ ਰਿਹਾ, ਉਹਦਾ ਰਾਈਟ ਬਣਦਾ ਵੀ ਜਦੋਂ ਕੋਈ ਕਿਤੇ ਏਦਾਂ ਦੀ ਘਟਨਾ ਘਟੀ। ਹੁਣ ਜਿਹੜੀ ਕਸ਼ਮੀਰ ਦੀ ਸਿਚੁਏਸ਼ਨ ਦੇ ਕੋਈ ਛੋਟੀ ਗੱਲ ਨਹੀਂ ਹੈਗੀ, ਜੀ ਉੱਥੇ ਹਿਊਮਨ ਰਾਈਟਸ ਵਾਇਲੇਟ ਹੋ ਰਿਹਾ, ਉੱਥੇ ਲੋਕਾਂ ਦਾ ਜੀਣਾ ਹਰਾਮ ਹੋਇਆ ਹੋਇਆ, ਤੇ ਜੇ ਕੋਈ ਇਹਦੀ ਗੱਲ ਨਹੀਂ ਕਰਦਾ। ਪਰ ਜਿਹੜੇ ਸਿੱਖ ਉੱਥੇ ਗਏ ਹੋਏ ਸੀ, ਉਹਨਾਂ ਨੂੰ ਕਿਸੇ ਨੇ ਕਿਹਾ ਨੇ ਵੀ ਤੁਸੀਂ ਆਹ ਗੱਲ ਕਰੋ? ਬਿਲਕੁਲ ਕੋਈ ਗੱਲ ਇਸ ਤਰ੍ਹਾਂ ਸਾਹਮਣੇ ਨਹੀਂ ਆਈ। ਹਾਂ, ਮਤਲਬ ਈਵਨ 31 ਤਰੀਕ ਨੂੰ ਜਦੋਂ ਗਵਰਨਰ ਸਾਹਿਬ ਦੇ ਵੀ ਐਡਰੈਸ ਕੀਤਾ, ਉਹਦੇ ਵਿੱਚ ਕੋਈ ਏਦਾਂ ਦੀ ਕੋਈ ਖਾਸ ਗੱਲ ਨਹੀਂ ਹੋਈ। ਅਗਲੇ ਦਿਨ ਨਨਕਾਣਾ ਸਾਹਿਬ ਗਏ ਆ ਸਾਰੇ। ਮੈਂ ਫਿਰ ਉਹੀ ਗੱਲ ਕਹਿਣੀ ਚਾਹੁੰਦਾ, ਜਦੋਂ ਕੋਈ ਘਟਨਾਵਾਂ ਵਾਪਰਦੀਆਂ, ਜਿੱਥੇ ਵਾਪਰਦੀਆਂ, ਤੇ ਜੇ ਤੁਸੀਂ ਕੋਈ ਇਹ ਆਸ ਰੱਖੇ ਵੀ ਇਹਦੇ ਤੋਂ ਅੱਖਾਂ ਮੀਟ ਲਈਆਂ ਜਾਣ, ਏਦਾਂ ਕਦੇ ਨੀ ਹੁੰਦਾ। ਜਿਹੜਾ ਤੁਹਾਡੀ ਗੱਲਬਾਤ ਦੇ ਵਿੱਚ ਤੁਸੀਂ ਜ਼ਿਕਰ ਕਰਦੇ ਹੋ ਕਿਸੇ ਗੱਲ ਦਾ ਵੀ ਇੱਥੇ ਆਹ ਹੋ ਰਿਹਾ, ਇੱਥੇ ਆਹ ਹੋ ਰਿਹਾ, ਇਹ ਇਟਸ ਪੀਪਲਸ ਰਾਈਟ ਉਹਦੇ ਤੇ ਕਮੈਂਟ ਕਰਨ ਦਾ। ਤੇ ਮੈਂ ਨੀ ਸਮਝਦਾ ਕਿ ਪਾਕਿਸਤਾਨ ਦੀ ਸਰਕਾਰ ਨੇ ਇਸ ਨੂੰ ਇਸ਼ੂ ਬਣਾ ਕੇ, ਇਹ ਜਿਹੜੀ ਕਾਨਫਰੰਸ ਸੀ ਇਹ ਤਾਂ ਅਪ੍ਰੈਲ ਮਈ ਦੇ ਵਿੱਚ ਹੀ ਪਲਾਨ ਹੋ ਗਈ ਜੀ ਕਿ ਆਪਾਂ ਉਦੋਂ ਜਾ ਕੇ ਏਦਾਂ ਦਾ ਕਰਾਂਗੇ, ਤੇ ਜਿਹੜੀ ਕਸ਼ਮੀਰ ਦੀ ਸਿਚੁਏਸ਼ਨ ਉਹ ਤੋਂ ਬਾਅਦ ਦੇ ਵਿੱਚ ਡਿਵੈਲਪ ਹੋਈ ਹੈ। ਮੈਂ ਨੀ ਸਮਝਦਾ ਇਹਦਾ ਕੋਈ ਇਹਦੇ ਨਾਲ ਕੋਈ ਏਦਾਂ ਦਾ ਤਲਕ ਹੈਗਾ। ਬਾਕੀ ਮਤਲਬ ਹਿੰਦੁਸਤਾਨ ਤੇ ਮੇਰੇ ਪਾਸੇ ਵੀ 3-4 ਲੋਕ ਆਏ ਹੋਏ ਸੀ ਜਿਹਨਾਂ ਨੂੰ ਜਿਹੜੇ ਦੱਸ ਸਕਦੇ ਤੁਹਾਨੂੰ ਬੜੇ ਸਾਫ ਦੱਸ ਦੇਣ, ਤੇ ਔਰ ਉਹਨਾਂ ਨੇ ਉੱਥੇ ਕਮੈਂਟਸ ਵੀ ਕੀਤੇ ਆ, ਉਹਨਾਂ ਨੇ ਜੋ ਕੁਛ ਇੱਥੇ ਬਣ ਰਿਹਾ ਉਹ ਖੁਦ ਅੱਖੀਂ ਦੇਖ ਕੇ ਗਏ। ਸੋ ਮੈਂ ਨੀ ਸਮਝਦਾ ਇਹਦਾ ਕੋਈ ਇਸ ਤਰ੍ਹਾਂ ਦਾ ਇਸ਼ੂ ਹੋਵੇ। ਸਗੋਂ ਕਈ ਚੀਜ਼ਾਂ ਜਦੋਂ ਸਾਈਮਲਟੇਨਸਲੀ ਚੱਲਦੀਆਂ ਹੁੰਦੀਆਂ, ਉਹਨਾਂ ਘਟਨਾਵਾਂ ਨੂੰ ਦੇਖਦੇ ਹੋਏ ਜਿਵੇਂ ਕਸ਼ਮੀਰ ਦਾ ਇਸ਼ੂ ਸੀ ਉਹ ਇਸ ਕਾਨਫਰੰਸ ਨਾਲ ਜੋੜ ਦਿੱਤਾ, ਜਾਂ ਉੱਥੇ ਨਨਕਾਣਾ ਸਾਹਿਬ ਵਿੱਚ ਕਿਹੜਾ ਬੱਚੀ ਦਾ ਇਸ਼ੂ ਸੀ ਉਹਨੂੰ ਇਹਦੇ ਨਾਲ ਜੋੜ ਕੇ ਦੇਖਿਆ ਗਿਆ, ਜਾਂ ਉਹਦਾ ਪ੍ਰਭਾਵ ਇੱਥੇ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਇਹ ਜਿਹੜੀਆਂ ਘਟਨਾਵਾਂ ਆ ਉਹ ਵਾਪਰਦੀਆਂ, ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਗੱਲਾਂ ਦਾ ਕੋਰੀਡੋਰ ਦੇ ਉੱਪਰ ਜਾਂ ਜਿਹੜੀ ਹੈਗੀ ਪਾਤਸ਼ਾਹ ਦੇ ਆਗਮਨ ਤੌਰ ਤੇ ਸਮਾਗਮਾਂ ਦੇ ਸੰਬੰਧ ਵਿੱਚ ਕੋਈ ਫਰਕ ਪਏਗਾ। ਇਹ ਅੱਗੇ ਵੀ ਬੜੀ ਬੜੀ ਏਦਾਂ ਦੀ ਗੱਲਾਂ ਹੋਈਆਂ, ਜਦੋਂ PGPC ਬਣੀ ਆ ਇੰਡੀਅਨ ਸਾਈਡ ਨੇ ਆਪਣੇ ਜਥੇ ਰੋਕ ਦਿੱਤੇ ਸੀ, ਹੁਣ ਪ੍ਰੋਗਰਾਮ ਥੋੜੋ ਉੱਥੇ ਹੋਣੇ ਰੁਕ ਜਾਂਦੇ, ਉਨੀ ਸੰਗਤ ਨੇ ਬਾਹਰੋਂ ਜਾਣਾ ਸ਼ੁਰੂ ਕਰ ਦਿੱਤਾ। ਸੋ ਜਿਹੜਾ ਜਿਹੜਾ ਸਥਾਨ ਆ ਗੁਰੂ ਪਾਤਸ਼ਾਹ ਦਾ ਉੱਥੇ ਰਹਿਣਾ, ਸਮਾਗਮ ਵੀ ਉਸੇ ਡੇਟ ਨੂੰ ਹੋਣੇ ਆ। ਔਰ ਠੀਕ ਹੈ ਜੇ ਮਤਲਬ ਕਿਸੇ ਨੂੰ ਤੁਸੀਂ ਸੰਗਤਾਂ ਨੂੰ ਜ਼ੋਰ ਜ਼ਬਰ ਕਰਕੇ ਰੋਕ ਲਓਗੇ, ਪਰ ਸੰਗਤ ਹੋਰ ਕਿਸੇ ਪਾਸੇ ਚਲੇ ਜਾਏਗੀ। ਸੋ ਮੈਨੂੰ ਨਹੀਂ ਲੱਗਦਾ, ਨਸੀਹਤ ਵੀ ਕਰਾਂਗੇ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਤੁਸੀਂ ਜਿਹੜੇ ਸਿੱਖਾਂ ਦੇ ਜਿਹੜੇ ਧਾਰਮਿਕ ਇਸ਼ੂ ਆ ਉਹਨਾਂ ਨੂੰ ਕਿਸੇ ਹੋਰ ਵਹਿਣ ਵਿੱਚ ਬਹਾਉਣ ਦੀ ਕੋਸ਼ਿਸ਼ ਨਾ ਕਰੋ, ਇਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਹੀ ਜਿਹੜਾ ਸਾਡਾ ਇੱਕ ਸਿੱਖ ਤੌਰ ਤਰੀਕਾ ਹੈ, ਜਿਸ ਤਰ੍ਹਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਰਹਿਤ ਮਰਿਆਦਾ ਦੇ ਅਨੁਸਾਰ, ਜਿਸ ਤਰ੍ਹਾਂ ਵੀ ਸਾਡਾ ਇੱਕ ਤੌਰ ਤਰੀਕਾ ਹੈਗਾ, ਉਹਨੂੰ ਕੋਈ ਵੀ ਸਰਕਾਰ ਦੇ ਵੀ ਚਾਹੇ ਕਿਸੇ ਮੁਲਕ ਦੀ ਵੀ ਹੋਵੇ ਜੀ ਇਨਕਲੂਡਿੰਗ ਪਾਕਿਸਤਾਨ, ਅਸੀਂ ਚਾਹਵਾਂਗੇ ਕਿ ਉਹਦੇ ਵਿੱਚ ਕੋਈ ਅੰਦਰੂਨੀ ਦਖਲ ਅੰਦਰੂਨ ਦੇ ਵਿੱਚ ਉਹਦੇ ਕੋਈ ਦਖਲ ਨਾ ਹੋਵੇ। ਉਹਦੇ ਤੇ ਅਧਿਕਾਰ ਸਿਰਫ ਔਰ ਸਿਰਫ ਸਿੱਖਾਂ ਦਾ ਜਾਂ ਸਿੱਖ ਲੀਡਰਸ਼ਿਪ ਜਿਹੜੀ ਇਸ ਨੂੰ ਚਲਾ ਰਹੀ ਉਹਨਾਂ ਦਾ ਹੋਣਾ ਚਾਹੀਦਾ ਜੀ।
ਪਰ ਇਸ ਜਿਵੇਂ ਕਸ਼ਮੀਰ ਇਸ਼ੂ ਦੀ ਗੱਲ ਹੋਈ ਹੈ, ਰੇਜ਼ ਹੋਇਆ ਅਤੇ ਇੰਡੀਆ ਵੱਲੋਂ ਡਾਇਰੈਕਟਲੀ ਕਰਤਾਰਪੁਰ ਕੋਰੀਡੋਰ ਨੂੰ ਢਾਹ ਲਾਉਣ ਦੇ ਲਈ ਇਹ ਵਰਤਿਆ ਜਾ ਰਿਹਾ ਕਸ਼ਮੀਰ ਇਸ਼ੂ ਨੂੰ, ਜਿਹੜੇ ਰਿਲੇਸ਼ਨਸ ਨੇ ਭਾਰਤ ਪਾਕਿਸਤਾਨ ਦੇ ਉਹ ਕਿਸ ਹੱਦ ਤੱਕ ਟ੍ਰੇਡ ਸਸਪੈਂਡ ਅਤੇ ਅਦਰਵਾਈਜ਼ ਏਅਰ ਸਪੇਸ ਬੰਦ ਪਾਕਿਸਤਾਨ ਵੱਲੋਂ ਕਰਨਾ, ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਇੰਪੈਕਟ ਕਰਤਾਰਪੁਰ ਕੋਰੀਡੋਰ 'ਤੇ ਪੈ ਸਕਦਾ? ਮੈਨੂੰ ਨਹੀਂ ਲੱਗਦਾ। ਜਦੋਂ ਵੀ ਇਹ ਸਿਚੁਏਸ਼ਨ ਡਿਵੈਲਪ ਹੋਈ ਹੈ ਨਾ, ਉਦੋਂ ਦੀਆਂ ਦੋ ਮੀਟਿੰਗ ਇਹਨਾਂ ਦੀਆਂ, ਸਿਚੁਏਸ਼ਨ ਬੜੀ ਖਰਾਬ ਸੀ, ਉਹਨਾਂ ਦਿਨਾਂ ਦੀ ਮੀਟਿੰਗ ਹੋਈ ਸੀ ਜੀ, ਜਿਹੜੀ ਹੁਣ ਲੇਟੈਸਟ ਮੀਟਿੰਗ ਹੋਈ ਆ, ਇਹਦੇ ਤੇ ਕਸ਼ਮੀਰ ਦਾ ਇੰਨਾ ਇੰਪੈਕਟ ਨਹੀਂ ਹੈਗਾ। ਵੈਸੇ ਇੰਡੀਅਨ ਸਾਈਡ ਹਵਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਸੋ ਕੁਦਰਤੀ ਗੱਲ ਹੈ, ਉਹ ਥੋੜਾ ਬਹੁਤਾ ਤਾਂ ਇਹਨੂੰ ਇਸ ਪੱਖ ਨੂੰ ਉਜਾਗਰ ਕਰਨਗੇ। ਪਰ ਅਲਟੀਮੇਟਲੀ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਦਿਨ ਪਹਿਲਾਂ ਵੀ ਇਹ ਵਿਚਾਰ ਦਿੱਤੇ ਸੀ ਕਿ ਜਿਹੜਾ ਇਹ ਕੋਰੀਡੋਰ ਆ ਜਾਂ ਬ੍ਰਿਜ ਆ, ਇਹ ਇਟਸ ਨੋਟ ਅ ਸਿੰਪਲ ਬ੍ਰਿਜ, ਇਹਦੇ ਨਾਲ ਸਾਊਥ ਏਸ਼ੀਆ ਦੀਆਂ ਬਹੁਤ ਚੀਜ਼ਾਂ ਜੁੜੀਆਂ ਹੋਈਆਂ ਜੀ, ਇਹਦੇ ਵਿੱਚ ਜਿਹੜੀ ਇੰਟਰਨੈਸ਼ਨਲ ਸਿਚੁਏਸ਼ਨ ਹੈ ਉਹ ਅਫੈਕਟ ਵੀ ਕਰਦੀ ਆ, ਉਹ ਅਫੈਕਟ ਹੁੰਦੀ ਵੀ ਆ। ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਉੱਥੇ ਇਹ ਦੋਨੇ ਮੁਲਕ ਆਪਸ ਵਿੱਚ ਹੀ ਸਿੱਖਾਂ ਦੇ ਨਾਲ ਜਿਹੜੇ ਪਾਕਿਸਤਾਨ ਦੇ ਲੋਕ ਨੇ, ਉੱਥੋਂ ਦੀ ਸਰਕਾਰ ਆ, ਉਹ ਮੁਹੱਬਤ ਕਰਦੇ ਆ, ਆਪਣੇ ਭਰਾ ਵਾਂਗ ਸਮਝਦੇ ਆ, ਔਰ ਉਹ ਕਦੀ ਨਹੀਂ ਚਾਹੁਣਗੇ ਕਿ ਜਿਹੜੇ ਸਿੱਖ ਨੇ ਆਪਣੇ ਧਾਰਮਿਕ ਸਥਾਨਾਂ ਤੋਂ ਅਲੱਗ ਰਹਿਣ। ਉਹ ਜਿੰਨੇ ਵੀ ਉੱਥੇ ਯਾਤਰੀ ਸਿੱਖਾਂ, ਜਿਹੜੇ ਸਿੱਖ ਯਾਤਰੀ ਜਾਣਗੇ, ਉਹਨਾਂ ਨੂੰ ਖੁੱਲੀਆਂ ਬਾਹਾਂ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਆ, ਔਰ ਬੜੇ ਪਿਆਰ ਦਾ ਉਹਨਾਂ ਦੀ ਸਿਕਿਉਰਿਟੀ ਦਾ, ਉਹਨਾਂ ਦੇ ਹਰ ਜਿਹੜੀ ਚੀਜ਼ ਆ ਉਹਦਾ ਪਾਲਣ ਕਰਦੇ ਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਅਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਹੈ ਇਸ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਦੇ ਨਾਲ, ਤੁਹਾਡੇ ਨਾਲ ਜ਼ਰੂਰ ਰਾਬਤਾ ਕਾਇਮ ਕਰਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਰਸ, ਉਮੀਦ ਕਰਦੇ ਹਾਂ ਅੱਜ ਦੀ ਸਾਡੀ ਇਹ ਗੱਲਬਾਤ ਡਾਕਟਰ ਪ੍ਰਿਤਪਾਲ ਸਿੰਘ, ਜਿਹੜੇ ਕਿ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ, ਇਹ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਜ਼ਿਆਦਾ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv 'ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।